ਅੱਜ ਪਾਰਟੀ ਬੰਦੀ ਆ ਵੀ ਮਤਲਬ ਆ ਸਨੈਪਚੈਟ ਤੇ ਬਹੁਤ ਲੋਡ ਪੈ ਜਾਣਾ ਭਾਜੀ ਵਾਲੀ ਤੇ ਵਾਹ ਭਾਜੀ ਸ਼ਾਗ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬੀ ਸਵੈਗ ਚੈਨਲ ਦੇ ਵਿੱਚ ਅੱਜ ਦੀ ਵੀਡੀਓ 'ਚ ਅਸੀਂ ਗੱਲ ਕਰਾਂਗੇ ਤਰਸੇਮ ਜੱਸਰ ਤੇ ਰਣਜੀਤ ਬਾਵਾ ਦੇ ਕਰਨ ਔਜਲਾ ਬਾਰੇ ਜੇ ਤੁਸੀਂ ਵੀ ਉਹਨਾਂ ਸਾਰਿਆਂ ਦੇ ਫੈਨ ਹੋ ਤਾਂ ਇਸ ਵੀਡੀਓ ਨੂੰ ਚੱਲਦੇ ਇੱਕ ਲਾਈਕ ਕਰ ਦਿਓ ਆਓ ਦੋਸਤੋ ਪਹਿਲਾ ਅਪਡੇਟ ਦਿੰਦਾ ਤੁਹਾਨੂੰ ਤਰਸੇਮ ਜੱਸਰ ਦਾ ਦੋਸਤੋ ਤਰਸੇਮ ਜੱਸਰ ਨੇ ਵੀ ਹੁਣ ਆਪਣੇ ਨਵੇਂ ਗਾਣੇ ਦਾ ਐਲਾਨ ਕਰ ਦਿੱਤਾ ਜਿਸਦਾ ਕਿ ਨਾਮ ਹੈ ਰੋਂਦਾ ਵਾਲਾ ਜੋ ਕਿ ਤੁਸੀਂ ਆਪਣੀ ਸਕਰੀਨ 'ਤੇ ਪੋਸਟਰ ਦੇਖ ਸਕਦੇ ਹੋ ਉਸ ਗਾਣੇ ਦਾ ਇਹ ਗਾਣਾ ਹੁਣ ਤੁਹਾਨੂੰ 28 ਅਕਤੂਬਰ ਨੂੰ ਦੇਖਣ ਨੂੰ ਮਿਲੇਗਾ ਜੋ ਕਿ ਵਿਹਲੀ ਜਨਤਾ ਰਿਕਾਰਡ ਦੇ ਯੂਟਿਊਬ ਚੈਨਲ 'ਤੇ ਤੁਹਾਨੂੰ ਦੇਖਣ ਨੂੰ ਮਿਲੇਗਾ ਤੁਹਾਨੂੰ ਕਿੰਨੀ ਕੁ ਇਹ ਗਾਣੇ ਦੀ ਉਡੀਕ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਆਪਣੀ ਰਾਏ ਅਤੇ ਨਾਲ ਹੀ ਦੋਸਤੋ ਤਰਸੇਮ ਜੱਸਰ ਦੇ ਅਤੇ ਰਣਜੀਤ ਬਾਵਾ ਦੀ ਇੱਕ ਵੱਡੀ ਫਿਲਮ ਦੀ ਸ਼ੂਟਿੰਗ ਚੱਲ ਰਹੀ ਆ ਦੋਸਤੋ ਤੁਹਾਨੂੰ ਉਹਨਾਂ ਦੀ ਕੁਛ ਫਿਲਮ ਦੀ ਸ਼ੂਟਿੰਗ ਦੀ ਵੀਡੀਓ ਦਿਖਾ ਦਿੰਦੇ ਹਾਂ ਅਤੇ ਤਸਵੀਰਾਂ ਦਿਖਾ ਦਿੰਦੇ ਹਾਂ ਜੋ ਕਿ ਸੋਸ਼ਲ ਮੀਡੀਆ 'ਤੇ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਦੂਜਾ ਦਿਨ ਆ ਜੀ ਮਹਾਰਾਜ ਦੀ ਕਿਰਪਾ ਬਹੁਤ ਸੋਹਣਾ ਪ੍ਰੋਜੈਕਟ ਆ ਜਲਦੀ ਨਾਮ ਅਨਾਊਂਸ ਕਰਾਂਗੇ ਅਤੇ ਵਾਹ ਵਾਹ ਮੈਨੂੰ ਅੱਜ ਖੁਸ਼ੀ ਇਹ ਹੋਈ ਸਭ ਤੋਂ ਵੱਧ ਵੀ ਭਾਜੀ ਨੇ ਅੱਜ ਸਨੈਪਚੈਟ ਆਪਣੀ ਯੂਜ਼ ਕੀਤੀ ਆ ਇੰਨੇ ਵੱਡੇ ਲੈਵਲ ਤੇ ਮਤਲਬ ਅੱਜ ਪਾਰਟੀ ਬਣਦੀ ਆ ਮਤਲਬ ਆ ਸਨੈਪਚੈਟ ਤੇ ਬਹੁਤ ਲੋਡ ਪੈ ਜਾਣਾ ਭਾਜੀ ਵਾਲੀ ਤੇ ਵਾਹ ਭਾਜੀ ਸ਼ਾਗ 228 ਅਕਤੂਬਰ ਨੂੰ ਤੁਹਾਨੂੰ ਰੋਂਦਾ ਵਾਲਾ ਗਾਣਾ ਦੇਖਣ ਨੂੰ ਮਿਲ ਜਾਏਗਾ ਤਰਸੇਮ ਜੱਸਰ ਦਾ ਵਿਹਲੀ ਜਨਤਾ ਚੈਨਲ 'ਤੇ ਅਤੇ ਉਸ ਤੋਂ ਅਗਲੇ ਦਿਨ ਹੀ ਤਰਸੇਮ ਜੱਸਰ ਦੀ ਫੁੱਲ ਐਲਬਮ ਰਿਲੀਜ਼ ਕਰ ਦਿੱਤੀ ਜਾਵੇਗੀ ਜਿਸਦਾ ਕਿ ਨਾਮ ਹੈ ਮਾਈ ਪ੍ਰਾਈਡ 29 ਅਕਤੂਬਰ ਨੂੰ ਉਸਦੇ ਕੀ ਗਾਣੇ ਤੁਸੀਂ ਆਪਣੀ ਸਕਰੀਨ 'ਤੇ ਦੇਖ ਸਕਦੇ ਹੋ ਉਸਦੇ ਵਿੱਚ 9 ਗਾਣੇ ਹੋਣਗੇ ਟੋਟਲ ਅਤੇ ਉਸਦੇ ਵਿੱਚੋਂ 9 'ਚੋਂ 3-4 ਗਾਣੇ ਤਾਂ ਰਿਲੀਜ਼ ਕਰ ਦਿੱਤੇ ਗਏ ਅਤੇ ਫੁੱਲ ਐਲਬਮ ਤੁਹਾਨੂੰ ਹੁਣ 29 ਅਕਤੂਬਰ ਨੂੰ ਦੇਖਣ ਨੂੰ ਮਿਲ ਜਾਏਗੀ ਤੁਹਾਨੂੰ ਵੀ ਐਲਬਮ ਦੀ ਉਡੀਕ ਹੈ ਸਾਨੂੰ ਉਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਆਪਣੀ ਰਾਏ ਆਓ ਦੋਸਤੋ ਹੁਣ ਵੱਧਦੇ ਅਗਲੇ ਅਪਡੇਟ ਦੇ ਵੱਲ ਅਗਲੇ ਅਪਡੇਟ ਸਾਹਮਣੇ ਨਿਕਲ ਕੇ ਆ ਰਿਹਾ ਕਰਨ ਔਜਲੇ ਵੱਲੋਂ ਦੋਸਤੋ ਕਰਨ ਔਜਲੇ ਦੇ ਵਧੀਆ ਗਾਣੇ ਨੂੰ ਫੈਨਸ ਵੱਲੋਂ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਅਤੇ ਉਸਨੂੰ ਬਹੁਤ ਹੀ ਤੇਜ਼ੀ ਨਾਲ ਵਿਊ ਆ ਰਹੇ ਅਤੇ 7.2 ਮਿਲੀਅਨ ਵਿਊ ਤਾਂ ਹੋ ਚੁੱਕੇ ਨੇ ਉਹ ਵੀ ਇੱਕ ਦਿਨ ਦੇ ਵਿੱਚ ਉਸਨੂੰ ਅਤੇ 2 ਲੱਖ+ ਕਮੈਂਟ ਹੋ ਚੁੱਕੇ ਅਤੇ 2 ਲੱਖ+ ਲਾਈਕਾਂ ਹੋ ਚੁੱਕੀਆਂ ਨੇ ਵਧੀਆ ਗਾਣੇ ਨੂੰ ਦੋਸਤੋ ਕਈ ਬੰਦੇ ਦਾ ਇਹ ਕਹਿਣਾ ਕਿ ਕਰਨ ਔਜਲੇ ਦਾ ਵਧੀਆ ਗਾਣਾ ਟ੍ਰੈਂਡਿੰਗ ਦੇ ਵਿੱਚ ਕਿਉਂ ਨਹੀਂ ਆਇਆ ਜਿਸਨੂੰ ਕਿ ਇੰਨੇ ਵਿਊ ਤਾਂ ਹੋ ਚੁੱਕੇ ਨੇ ਅਤੇ ਫਿਰ ਵੀ ਉਹ ਟ੍ਰੈਂਡਿੰਗ ਦੇ ਵਿੱਚ ਕਿਉਂ ਨਹੀਂ ਆਇਆ ਉਹ ਤੁਹਾਨੂੰ ਉਹ ਵੀ ਦੱਸਦੇ ਹਾਂ ਅਤੇ ਉਹ ਗਾਣਾ ਕਦੋਂ ਤੱਕ ਟ੍ਰੈਂਡਿੰਗ ਦੇ ਵਿੱਚ ਆ ਸਕਦਾ ਤੁਹਾਨੂੰ ਸਾਰਾ ਕੁਛ ਇਸ ਵੀਡੀਓ ਦੇ ਵਿੱਚ ਦੱਸਾਂਗੇ ਉਸ ਤੋਂ ਪਹਿਲਾਂ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਰ ਲਓ ਯਾਰ ਸਬਸਕ੍ਰਾਈਬ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਕਰਨ ਔਜਲੇ ਦੀ ਟੀਮ ਨੇ ਨਵਾਂ ਚੈਨਲ ਸਟਾਰਟ ਕੀਤਾ ਜਿਸਦਾ ਕਿ ਨਾਮ ਹੈ ਸਟਰੀਟ ਗੈਂਗ ਮਿਊਜ਼ਿਕ ਅਤੇ ਉਸ ਚੈਨਲ 'ਤੇ ਹਲੇ ਤਾਂ ਦੋਸਤੋ 3 ਵੀਡੀਓ ਹੀ ਅਪਲੋਡ ਹੋਈਆਂ ਤਾਂ ਹੌਲੀ ਹੌਲੀ ਉਹ ਗਾਣਾ ਤੁਹਾਨੂੰ ਟ੍ਰੈਂਡਿੰਗ ਦੇ ਵਿੱਚ ਦੇਖਣ ਨੂੰ ਮਿਲੇਗਾ ਕਰਨ ਔਜਲੇ ਵਧੀਆ ਨਹੀਂ ਤਾਂ ਦੋਸਤੋ ਜਦੋਂ ਸਟਰੀਟ ਗੈਂਗ ਮਿਊਜ਼ਿਕ ਚੈਨਲ 'ਤੇ 3-4 ਵੀਡੀਓ ਹੋਰ ਅਪਲੋਡ ਹੋ ਜਾਣਗੀਆਂ ਤਾਂ ਜਦੋਂ ਚੈਨਲ ਥੋੜ੍ਹਾ ਜਿਹਾ ਪੁਰਾਣਾ ਹੋ ਜਾਏਗਾ ਮਤਲਬ ਫਿਰ ਉਹ ਚੈਨਲ 'ਤੇ ਜਿਹੜੀ ਵੀ ਵੀਡੀਓ ਅਪਲੋਡ ਹੋਇਆ ਕਰੂਗੀ ਸੌਂਗ ਅਪਲੋਡ ਹੋਇਆ ਕਰੂਗਾ ਫਿਰ ਉਹ ਤੁਹਾਨੂੰ ਟ੍ਰੈਂਡਿੰਗ ਦੇ ਵਿੱਚ ਦੇਖਣ ਨੂੰ ਮਿਲੇਗਾ ਹਾਲੇ ਦੋਸਤੋ ਇਹ ਚੈਨਲ ਨਵਾਂ ਤਾਂ ਕਰਕੇ ਟ੍ਰੈਂਡਿੰਗ ਦੇ ਵਿੱਚ ਇਸ ਦੀ ਵੀਡੀਓ ਕੋਈ ਵੀ ਪਹੁੰਚ ਨਹੀਂ ਰਹੀ ਹੈ ਤਾਂ ਹੌਲੀ ਹੌਲੀ ਦੋਸਤੋ ਜੇ ਕਰਨ ਔਜਲੇ ਦੇ ਫੈਨਸ ਦਾ ਸਪੋਰਟ ਇਸ ਤਰ੍ਹਾਂ ਹੀ ਬਣਿਆ ਰਿਹਾ ਤਾਂ ਟ੍ਰੈਂਡਿੰਗ ਦੇ ਵਿੱਚ ਆ ਸਕਦਾ ਵਧੀਆ ਗਾਣਾ ਦੋਸਤੋ ਅੱਜ ਦੀ ਵੀਡੀਓ 'ਚ ਇੰਨੀ ਹੀ ਅਪਡੇਟ ਸੀ ਜੇ ਵੀਡੀਓ ਤੁਹਾਨੂੰ ਚੰਗੀ ਲੱਗਦਾ ਤਾਂ ਲਾਈਕ ਕਰੋ ਅਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ